ਇਸ ਵੇਲੇ ਅਸੀਂ ਖੜੇ ਹਾਂ ਜੇ ਜਲੰਧਰ ਦੇ ਪਿੰਡ ਭਾਰ ਸਿੰਘਪੁਰਾ ਦੇ ਵਿੱਚ ਜਿੱਥੇ ਕਿ ਸਿਕ ਫੋਰ ਜਸਟਰਸ ਦੇ ਆਗੂ ਜਿਹੜੇ ਗੁਰਪਤਵਨ ਸਿੰਘ ਪੰਨੂ ਨੇ ਉਹਨਾਂ ਦੇ ਸਾਥੀ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਜ਼ਮੀਨ ਹੈ ਉਹ ਐਨਆਈਏ ਵੱਲੋਂ ਨਿਲਾਮ ਕੀਤੀ ਜਾਣੀ ਹੈ ਤਸਵੀਰਾਂ ਤੁਹਾਨੂੰ ਪਿੰਡ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਹਰਦੀਪ ਸਿੰਘ ਨਿੱਜਰ ਦਾ ਬਚਪਨ ਬੀਤਿਆ ਹੈ ਔਰ ਇੱਥੇ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਜ਼ਮੀਨ ਹੈ ਉਹ 11 ਕਨਾਲ 13 ਮਰਲੇ ਇੱਥੇ ਪਿੰਡ ਦੇ ਵਿੱਚ ਜ਼ਮੀਨ ਹੈ ਜ਼ਮੀਨ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੀ ਤੁਸੀਂ ਸਕਰੀਨ ਤੇ ਤੁਸੀਂ ਜਮੀਨ ਦੇਖ ਰਹੇ ਹੋ ਹਰਦੀਪ ਸਿੰਘ ਨਿੱਜਰ ਦੀ ਜਮੀਨ ਹੈ ਇਹ ਜਿਹੜਾ ਜ਼ੂਮ ਕਰਕੇ ਤੁਹਾਨੂੰ ਕੈਮਰਾ ਪਰਸਨ ਕੋਈ ਜ਼ੂਮ ਕਰਕੇ ਉਹਦਾ ਜਿਹੜਾ ਪੁਰਾਣਾ ਘਰ ਹੈ ਜੱਦੀ ਪੁਸ਼ਤੀ ਜਿਹੜਾ ਉਹਨਾਂ ਦਾ ਘਰ ਆ ਉਹ ਘਰ ਦੀਆਂ ਤਸਵੀਰਾਂ ਦਿਖਾਈਆਂ ਜਾਣ ਇਹ ਉਹਨਾਂ ਦਾ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹਰਦੀਪ ਸਿੰਘ ਨਿੱਜਰ ਦੇ ਜੱਦੀ ਘਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਉਹਨਾਂ ਦਾ ਬਚਪਨ ਬੀਤਿਆ ਹੈ ਪਿੰਡ ਵਾਸੀਆਂ ਦੀ ਮੰਨੀਏ ਤਾਂ ਹਰਦੀਪ ਸਿੰਘ ਨਿੱਜਰ ਜਦੋਂ ਦਾ ਪਿੰਡ ਚੋਂ ਬਾਹਰ ਸੈਟਲ ਹੋਇਆ ਉਸ ਤੋਂ ਬਾਅਦ ਪਿੰਡ ਦੇ ਵਿੱਚ ਕਦੀ ਵਾਪਸ ਨਹੀਂ ਪਰਤੇ ਆ ਉਹਨਾਂ ਦੇ ਪਿੰਡ ਵਾਲਿਆਂ ਦੇ ਮੁਤਾਬਿਕ ਉਹਨਾਂ ਦੇ ਮਾਪੇ ਪਾਉਂਦੇ ਨੇ ਔਰ ਇੱਥੇ ਰਹਿੰਦੇ ਨੇ ਥੋੜਾ ਸਮਾਂ ਇੱਥੇ ਬਿਤਾਉਂਦੇ ਨੇ ਥੋੜਾ ਸਮਾਂ ਬਾਹਰ ਬਿਤਾਉਂਦੇ ਨੇ ਅਤੇ ਉਹਨਾਂ ਦੇ ਪਰਿਵਾਰ ਮੈਂਬਰ ਨੇ ਜਿਹੜੀ ਉਹਨਾਂ ਦੇ ਤਾਇਆ ਜੀ ਆ ਉਹ ਇਸ ਟਾਈਮ ਇੱਥੇ ਰਹਿ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦੀਆਂ ਭਾਰ ਸਿੰਘ ਪੂਰਾ ਡਿਸਟ੍ਰਿਕਟ ਜਲੰਧਰ ਦੀਆਂ ਇਹ ਆਪਾਂ ਇਸ ਸਮੇਂ ਜਿਹੜੀ ਹਰਦੀਪ ਸਿੰਘ ਨਿੱਜਰ ਦੀ ਜਿਹੜੀ 11 ਕਨਾਲ ਆ 13 ਮਰਲੇ ਜ਼ਮੀਨ ਹੈਗੀ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਇਸ ਬਾਰੇ ਉਹ ਸਾਰਿਆਂ ਦੀ ਸਾਂਝੇ ਖਾਤੇ 'ਚ ਹੀ ਆ ਤੇ ਉਹਨਾਂ ਦੀ ਅਗਰ ਗੱਲ ਕੀਤੀ ਜਾਵੇ ਪਰਿਵਾਰਕ ਮੈਂਬਰ ਕੋਈ ਦੇਖਰੇ ਦੇਖ ਰੋ ਨਾ ਡੈਡੀ ਵੀ ਆਉਂਦਾ ਮੰਮੀ ਵੀ ਆਉਂਦੀ ਆ ਤੇ ਇਸ ਸਮੇ ਇੱਥੇ ਤਾਇਆ ਵੀ ਆ ਇੱਕ ਬੰਦਾ ਉਹਦੀ ਨੁੱਕਰ ਰੱਖਿਆ ਇੱਥੇ ਤੇ ਪਿੰਡ ਦੇ ਵਿੱਚ ਇਸ ਗੱਲ ਦਾ ਪਤਾ ਹੈ ਕਿ ਉਹ ਸਿੱਖ ਫੋਰ ਜਸਟਿਸ ਦੇ ਨਾਲ ਜੁੜੇ ਹੋਏ ਨੇ ਗੁਰਪਤਵਨ ਸਿੰਘ ਆ ਖਬਰਾਂ ਖਬਰਾਂ ਸੁਣੀ ਆ ਉਹਦਾ ਕੋਈ ਪਤਾ ਨਹੀਂ ਸਾਨੂੰ ਤੇ ਪਿੰਡ ਦੇ ਵਿੱਚ ਕੋਈ ਹਲਚਲ ਹੋਈ ਹੋਵੇ ਇਸ ਨੂੰ ਲੈ ਕੇ ਨਹੀਂ ਕੋਈ ਹੋਈ ਤੇ ਇਸ ਸਮੇ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਨਹੀਂ ਜਾਂ ਆਂਦੇ ਜਾਂਦੇ ਰਹਿੰਦੇ ਜੱਦਾ ਗਿਆ ਸੀ ਮੁੜ ਕੇ ਦੇਖਿਆ ਨਹੀਂ ਤੇ ਇਸ ਸਮੇ ਕੌਣ ਮਤਲਬ ਇੱਥੇ ਪਿੰਡ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਰਹਿ ਰਹੇ ਆ ਕੋਈ ਨਹੀਂ ਰਹੇ ਕਿੰਨੇ ਸਮੇ ਹੋ ਗਏ ਅੰਦਾਜ਼ਾ ਕਿ ਇਹਨੂੰ ਉਹਨਾਂ ਨੂੰ ਗਏ ਹੋਏ ਉੱਥੇ ਫੌਰਨ ਵੀ ਇਹਨੂੰ ਤਾਂ ਬਹੁਤ ਸਾਲ ਹੋ ਗਏ ਹੁਣ ਸਾਨੂੰ ਕਿਹੜਾ ਇਨਾ ਚੇਤਾ ਤੇ ਕੋਈ ਪਰਿਵਾਰਕ ਮੈਂਬਰ ਵੀ ਆਇਆ ਬੀਤੇ ਸਮੇਂ ਜਿੱਥੇ ਉਹਨਾਂ ਦੀ ਬੀਤੇ ਮੰਮੀ ਡੈਡੀ ਆਉਂਦੇ ਉਹਦੇ ਕਿੰਨੇ ਦੀ ਦੇਰ ਬਾਅਦ ਹਰ ਸਾਲ ਜਿਹੜਾ ਮਾਰਦੇ ਹਰ ਸਾਲ ਜਿਹੜਾ ਮਾਰਦੇ ਜ਼ਮੀਨ ਦੀ ਦੇਖਰੇਖ ਕਰਦੇ ਆ ਕਿ ਕਰਦੇ ਆ ਆਪਣੇ ਗੁਰਦੁਆਰੇ ਵੀ ਉਹਨਾਂ ਹੀ ਹੈਗਾ ਗੁਰਦੁਆਰੇ ਵੀ ਆਉਂਦੇ ਆਪਣੇ ਬਣਾਇਆ ਵੀ ਨਹੀਂ ਗੁਰਦੁਆਰਾ ਆਪਣਾ ਤੇ ਹੁਣ ਕਰਦੇ ਜਿਹੜਾ ਪਰਿਵਾਰਕ ਮੈਂਬਰ ਆ ਉਹਨਾਂ ਦੇ ਨਾਲ ਕੋਈ ਤਾਲਮੇਲ ਹੈਗਾ ਉਹਨਾਂ ਦਾ ਕਿ ਨਹੀਂ ਹੈਗਾ ਇਸ ਸਮੇਂ ਕੁਝ ਜੀ ਵੀ ਹੁਣ ਆਪਾਂ ਇੰਨੀ ਇੰਨੀ ਗੱਲਬਾਤ ਐਵੇਂ ਕਹਿ ਦੀ ਕੋਈ ਪਤਾ ਨਹੀਂ ਵੀ ਤ ਇਦੇ ਬਾਰੇ ਤੁਹਾਨੂੰ ਜਾਣਕਾਰੀ ਜਾਣਕਾਰੀ ਆਲ ਵਰਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ रफीक ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਨਾ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬੰਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ रफीक ਮੁਹੰਮਦ ਮੋਬਾਈਲ 8437494647 8437494648 ਦੇਸ਼ ਤੋਂ ਨੀਦੀ ਹਰ ਵੱਟੀ ਖਬਰ ਤੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨਿਕ ਸੂਰਾ ਟਾਈਮਸ